ਆਓ ਸੁਣੀਏ ਬਲਜਿੰਦਰ ਨਸਰਾਲੀ ਦੀ ਕਹਾਣੀ ਹੱਡਾ ਰੋੜੀ ਪਿੰਡ ਦੇ ਬਸ ਅੱਡੇ ਦੀ ਚੌਂਕੜੀ ਤੇ ਪੈਰਾਂ ਪਾਰ ਬੈਠਿਆਂ ਜੈਬੂ ਦਾ ਧਿਆਨ ਮੱਲੋ ਮੱਲੀ ਛੱਪੜ ਵੱਲ ਜਾ ਰਹੀਆਂ ਮੱਝਾਂ ਦੇ ਵਗ ਵੱਲ ਚਲਾ ਗਿਆ ਸਭ ਤੋਂ ਪਿੱਛੇ ਪੈਰ ਕੜੀਸਤੀ ਤੁਰੀ ਜਾ ਰਹੀ ਮੌਲੀ ਜਹੀ ਮੱਝ ਵੱਲ ਦੇਖਦੇ ਆ ਉਸ ਦੇ ਅੰਦਰੋਂ ਪਤਾ ਨਹੀਂ ਕੌਣ ਬੋਲਿਆ ਇਹ ਤਾਂ ਚੜ੍ਹਾਈ ਕਰ ਸਕਦੀ ਹੈ ਜੈਬੂ ਨੇ ਬੜੀ ਬੇਕਿਰਕੀ ਨਾਲ ਆਪਣੇ ਅੰਦਰਲੇ ਉਸ ਬੰਦੇ ਦਾ ਮੂੰਹ ਘੁੱਟ ਦਿੱਤਾ ਉੰਜ ਉਸ ਨੂੰ ਆਪਣੇ ਅੰਦਰਲੇ ਦੀ ਮਜਬੂਰੀ ਦਾ ਵੀ ਪਤਾ ਸੀ ਪਿਛਲੇ 2 ਮਹੀਨਿਆਂ ਤੋਂ ਕੋਈ ਪਸ਼ੂ ਮਰਿਆ ਨਹੀਂ ਸੀ ਉਧਰ ਉਸ ਤੇ ਜਵਾਈ ਨੇ ਕੁੜੀ ਨੂੰ ਭੇਜ ਦਿੱਤਾ ਸੀ ਅਖੇ ਆਪਣੇ ਪੇਖਿਆਂ ਤੋਂ ਸਾਈਕਲ ਲੈ ਕੇ ਆ ਜੈਬੂ ਵਿਆਹ ਵਿੱਚ ਉਸ ਨੂੰ ਸਾਈਕਲ ਨਹੀਂ ਸੀ ਦੇ ਸਕਿਆ ਦਿੰਦਾ ਵੀ ਕਿਵੇਂ ਵਿਆਹ ਦੇ ਦਿਨਾਂ ਵਿੱਚ ਹੀ ਤਾਂ ਹੱਡਾ ਰੋੜੀ ਦਾ ਪੰਗਾ ਪਿਆ ਸੀ ਕੁੜੀ ਦਾ ਵਿਆਹ ਉਹ ਬਸ ਠੀਕ ਠਾਕ ਹੀ ਕਰ ਸਕਿਆ ਸੀ ਜਿਹੜੇ 4 ਪੈਸੇ ਕੋਲ ਸਨ ਉਹ ਤਾਂ ਹੱਡਾ ਰੋੜੀ ਦੇ ਠੇਕੇ ਵਿੱਚ ਭਰੇ ਗਏ ਸਨ ਹੁਣ ਉਸ ਦਾ ਘਰ ਵਾਲਾ ਸ਼ਹਿਰ ਦਿਹਾੜੀ ਜਾਣ ਲਈ ਸਾਈਕਲ ਮੰਗਦਾ ਸੀ ਉਹ ਚੰਗਾ ਭਲਾ ਪਿੰਡ ਦੇ ਮਰੇ ਹੋਏ ਪਸ਼ੂ ਚੁੱਕਦਾ ਸੀ ਪਸ਼ੂਆਂ ਦਾ ਚੰਮ ਉਤਾਰ ਕੇ ਵੇਚਦਾ ਸੀ ਭਾਵੇਂ ਇਸ ਕੰਮ ਨਾਲ ਉਸਦੇ ਟੱਬਰ ਦਾ ਗੁਜ਼ਾਰਾ ਤਾਂ ਨਹੀਂ ਸੀ ਹੁੰਦਾ ਤੇ ਉਸ ਨੂੰ ਦਿਹਾੜੀ ਜੋਤਾਂ ਕਰਨਾ ਪੈਂਦਾ ਸੀ ਪਰ ਵਿੱਚ ਵਿੱਚ ਜਦੋਂ ਕੋਈ ਪਸ਼ੂ ਮਰਦਾ ਸੀ ਤਾਂ ਜੈਬੂ ਦੀ ਕਬੀਲਦਾਰੀ ਦੀ ਰੀਂਗਦੀ ਜਾ ਰਹੀ ਗੱਡੀ ਨੂੰ ੱੱਕਾ ਲੱਗ ਜਾਂਦਾ ਸੀ ਚਮੜੇ ਦਾ ਅੱਜਕੱਲ੍ਹ ਭਾ ਵੀ ਚੰਗਾ ਮਿਲ ਜਾਂਦਾ ਸੀ ਇਹੀ ਕਾਰਨ ਸੀ ਕਿ ਵੇੜੇ ਦੇ ਹੋਰਨਾ ਘਰਾਂ ਦੇ ਮੁਕਾਬਲੇ ਉਸ ਦਾ ਘਰ ਕੁਝ ਸੌਖਾ ਚੱਲ ਰਿਹਾ ਸੀ ਹੱਡਾ ਰੋੜੀ ਦੇ ਠੇਕੇ ਤੇ ਚੜਨ ਦਾ ਪੰਗਾ ਵੀ ਜੈਬੂ ਦੇ ਹੀ ਪੈਰੋਂ ਪਿਆ ਸੀ। ਉਸ ਦਿਨ ਉਹ ਕਿਸੇ ਜੱਟ ਦੇ ਖੇਤਾਂ ਵਿੱਚ ਕਣਕ ਗੁੱੜ ਰਹੇ ਸਨ। ਵੇੜੇ ਦੇ ਚਾਰ ਬੰਦੇ ਇੱਕ ਭਈਆ ਤੇ ਇੱਕ ਉਹ ਆਪ ਇੱਕੋ ਪਾਲ ਵਿੱਚ ਗੁਡਾਈ ਕਰਦੇ ਅੱਗੇ ਵੱਧ ਰਹੇ ਸਨ। ਨਾਲ ਦੀ ਨਾਲ ਉਹ ਗੱਲਾਂ ਵੀ ਕਰੀ ਜਾ ਰਹੇ ਸਨ। ਜੈਬੂ ਤੋਂ ਕਾਲੂ ਦੇ ਟੱਬਰ ਦੀ ਗੱਲ ਸੁਣਾਈ ਗਈ। ਆਈ ਕਾਲੂ ਦੀ ਛੋਟੀ ਕੁੜੀ ਨੂੰ ਦੇਖਣ ਆਲੇ ਆ ਗਏ ਕਿਰਾ ਪਿੱਛੇ ਜੇ ਜਿਹੜੀ ਬਰਫੀ ਦੇਖਣ ਆਲਿਆਂ ਲਈ ਚਾਹ ਨਾਲ ਰੱਖੀ ਧੀ ਕੁੜੀ ਸਾਰੀ ਉਹ ਖਾ ਗਈ ਅੱਗੋਂ ਭਾਈ ਦੇਖਣ ਆਏ ਮਜਬੀ ਸੀਗੇ ਸ਼ਹਿਰੀ ਪੜ੍ਹੇ ਲਿਖੇ ਉਹ ਤਾਂ ਭਾਈ ਤਾੜ ਗੇ ਬਈ ਕੁੜੀ ਸਿੱਧਰੀ ਐ ਅਗਲੇ ਜਵਾਬ ਦੇਗੇ ਜੈਬੂ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਸਨ ਦੋ ਤਿੰਨ ਦਿਨ ਕਣਕ ਗੁੱਟਦੇ ਹੋਏ ਉਹਨਾਂ ਨੇ ਇਹ ਗੱਲ ਫਿਰ ਯਾਦ ਕੀਤੀ ਤੇ ਹੱਸਦੇ ਰਹੇ ਫਿਰ ਕਿਸੇ ਨੇ ਉਹਨਾਂ ਵਿੱਚੋਂ ਹੀ ਜੈਬੂ ਦੀ ਸੁਣਾਈ ਗੱਲ ਕਾਲੂ ਨੂੰ ਯਾਦ ਅਸੀ ਕਾਲੂ ਨੇ ਇੱਕ ਦਿਨ ਤੁਰੇ ਜਾਂਦੇ ਜੈਬੂ ਨੂੰ ਘੇਰ ਲਿਆ ਕਿਉਂ ਐ ਕੁੱਤਿਆ ਚਮੜਾ ਤੂੰ ਸਾਲਿਆ ਗੱਲਾਂ ਬਣਾਉਂਦਾ ਫਿਰਦਾ ਜੱਟਾਂ ਕੋਲ ਸਾਡੀਆਂ ਕਾਲੂ ਗੱਲ ਮੂੰਹ ਸੰਭਾਲ ਕੇ ਕਰ ਕੌਣ ਕਹਿੰਦਾ ਮੈਂ ਗੱਲਾਂ ਬਣਾਉਂਦਾ ਹੈ ਉਹੀ ਤਾਹਾਂ ਤਾਹਾਂ ਚੜੀ ਜਾਂਦਾ ਹੈ ਜੈਬੂ ਨੇ ਕਿਹਾ ਸੀ ਉੰਜ ਉਹ ਝਰਕ ਗਿਆ ਸੀ ਉਸ ਨੂੰ ਕਾਲੂ ਦੀ ਕੁੜੀ ਬਾਰੇ ਕੀਤੀ ਗੱਲ ਸੰਬੰਧੀ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ। ਸਾਲਿਆ ਸੋਡੇ ਨਾਲੋਂ ਤਾਂ ਹੀ ਜੜੇ ਚੰਗੇ ਨੇ ਜਿਹੜੇ ਸਵੇਰੇ ਉੱਠ ਕੇ ਕਿਸੇ ਦੇ ਮੁੰਡਾ ਜੰਮਣ ਦੀ ਸੁੱਖਤਾ ਮੰਗਦੇ ਨੇ ਤੁਸੀਂ ਤਾਂ ਸਾਲਿਓ ਕਿਸੇ ਦਾ ਡੰਗਰ ਮਰਨ ਦੀ ਸੁਖੀ ਸੁਖਣੀ ਐ। ਕਾਲੂ ਲੜਨ ਦੇ ਇਰਾਦੇ ਵਿੱਚ ਸੀ। ਕਾਲੂ ਦੀ ਗੱਲ ਨਾਲ ਜੈਬੂ ਨੂੰ ਗੁੱਸਾ ਹਨੇਰੀ ਵਾਂਗ ਚੜ ਗਿਆ ਸੀ। ਅਗਲੇ ਹੀ ਪਲ ਉਹ ਉਲਝ ਗਏ ਸਨ। ਉਹਨਾਂ ਨੂੰ ਗੁੱਥਮ ਗੁੱਥਾ ਹੋਇਆਂ ਨੂੰ ਲੋਕਾਂ ਨੇ ਹਟਾਇਆ ਸੀ। ਕਾਲੂ ਉਸਦੀ ਦਾੜੀ ਵਿੱਚੋਂ ਵਾਲਾਂ ਦਾ ਗੁੱਛਾ ਪੁੱਟ ਕੇ ਲੈ ਗਿਆ ਸੀ। ਦੇ ਤਸ਼ਈ ਜਾ ਵੱਡੇ ਸਿਆਣੇ ਬਿਆਣੇ ਕਿਵੇਂ ਮੁੰਡਿਆਂ ਖੁੰਡਿਆਂ ਵਾਂਗ ਜਫਮ ਜਫਾ ਹੁੰਦੇ ਐ। ਵੇੜੇ ਦੀਆਂ ਬੁੜੀਆਂ ਉਹਨਾਂ ਨੂੰ ਲੜਨ ਤਾਂ ਪਾ ਰਹੀਆਂ ਸਨ। ਗੱਲ ਸ਼ਾਂਤ ਹੋ ਗਈ ਸੀ ਪਰ ਕਾਲੂ ਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ। ਉਹ ਅਗਲੇ ਹੀ ਦਿਨ ਸਰਪੰਚ ਕੋਲ ਜਾ ਖੜਿਆ ਸੀ। ਸਰਪੰਚ ਸਾਹਿਬ ਸ਼ੌਨ ਨੂੰ ਤਾਂ ਪਤਾ ਹੈ ਬਈ ਜੈਬੂ ਕੱਲਾ ਹੀ ਆਪਣੇ ਪਿੰਡ ਦੇ ਪਸ਼ੂ ਚੁੱਕਦਾ ਪਹਿਲਾਂ ਗੱਲ ਹੋਰ ਧੀ ਬਈ ਚਮੜਾ ਬਹੁਤਾ ਮਹਿੰਗਾ ਨਹੀਂ ਤੇ ਵਿਕਦਾ ਹੁਣ ਤਾਂ ਚਮੜੇ ਦੇ ਭਾਅ ਅਸਮਾਨੀ ਚੜੇ ਹੋਏ ਨੇ ਮੈਂ ਚਾਹਨਾ ਹੱਡਾ ਰੋੜੀ ਦੀ ਬੋਲੀ ਹੋਵੇ ਆ ਆਪਣੇ ਗਵਾਂਢੀ ਪਿੰਡ ਜਰਗ ਹੱਡਾ ਰੋੜੀ ਦੀ ਬੋਲੀ ਹੁੰਦੀ ਹੈ ਓਏ ਕਾਲੂ ਜਰਗ ਤਾਂ ਵੱਡਾ ਪਿੰਡ ਐ ਉੱਥੇ ਤਾਂ ਕੋਈ ਨਾ ਕੋਈ ਪਸ਼ੂ ਮਰਦਾ ਹੀ ਰਹਿੰਦਾ ਆਪਣਾ ਪਿੰਡ ਤਾਂ ਦਰਮਿਆਨਾ ਜਿਹਾ ਪਿੰਡ ਐ ਆਪਣੇ ਨਹੀਂ ਚੱਲਣਾ ਇਹ ਕੰਮ ਸਰਪੰਚ ਮੰਜੇ ਤੇ ਚੱਪ ਮਾਰੀ ਬੈਠਾ ਪੱਗ ਬਨ ਰਿਹਾ ਸੀ ਪਸ਼ੂ ਤਾਂ ਜੀ ਮਰਦੇ ਹੀ ਰਹਿੰਦੇ ਨੇ ਨਾਲੇ ਪਿੰਡ ਦੀ ਆਮਦਨੀ ਵਧੂ ਕਾਲੂ ਆਪਣੀਆਂ ਸਾਰੀਆਂ ਦਲੀਲਾਂ ਨਾਲ ਸਰਪੰਚ ਨੂੰ ਕਾਇਲ ਕਰ ਲੈਣਾ ਚਾਹੁੰਦਾ ਸੀ ਕੋਈ ਨਹੀਂ ਮੈਂ ਸੋਚ ਲੈਂਦਾ ਸਰਪੰਚ ਨੇ ਆਖਿਆ ਸੀ ਇੱਕ ਦਿਨ ਜਦੋਂ ਜੈਬੂ ਜੱਟਾਂ ਵਾਲੀ ਸਾਥ ਕੋਲੋਂ ਲੰਘ ਰਿਹਾ ਸੀ ਸਰਪੰਚ ਨੇ ਉਸ ਨੂੰ ਕਾਲੂ ਦੀ ਬੋਲੀ ਕਰਵਾਉਣ ਵਾਲੀ ਗੱਲ ਦੱਸੀ ਸੁਣ ਕੇ ਜੈਬੂ ਤੁਰ ਅੰਦਰ ਤੱਕ ਧੱਡਕ ਗਿਆ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਨਿਮਰਤਾ ਨਾਲ ਬੋਲਿਆ ਸਰਦਾਰ ਜੀ ਇਹ ਕਿਹੜਾ ਕੰਮ ਐ ਬਈ ਜਿਹਨੂੰ ਠੇਕੇ ਤੇ ਦਿੱਤਾ ਜਾਵੇ ਕੀ ਕੱਢਣ ਪਾਉਣ ਨੂੰ ਐ ਇਸ ਕੰਮ ਵਿੱਚ ਨਾਲੇ ਮਰੇ ਹੋਏ ਰੱਬ ਦੇ ਜੀ ਦੀ ਬੋਲੀ ਕਰਵਾਉਣੀ ਤਾਂ ਉਹੀ ਚੰਗਾ ਕੰਮ ਨਹੀਂ ਕਾਲੂ ਸੰਭ ਲਵੇ ਇਹ ਕੰਮ ਜੈਬੂ ਇੱਕ ਗੱਲ ਕਹਿਤਾ ਗਿਆ ਸੀ ਪਰ ਉਸ ਨੂੰ ਜਾਪਦਾ ਸੀ ਕਿ ਕੋਈ ਜਣਾ ਉਸ ਦੇ ਹੇਠੋਂ ਜ਼ਮੀਨ ਨੂੰ ਖਿਸਕਾਈ ਜਾ ਰਿਹਾ ਸੀ ਤੇ ਉਹ ਮੁੱਦੇ ਮੂੰਹ ਡਿੱਗਣ ਹੀ ਵਾਲਾ ਸੀ ਬਸ ਜਿਵੇਂ ਨਾ ਨਾ ਇਹ ਕੰਮ ਨਾ ਕਰਿਓ ਮਰੇ ਹੋਏ ਪਸ਼ੂ ਦੀ ਕੀਮਤ ਪਾਣੀ ਤਾਂ ਮਹਾਪਾਪ ਐ ਪਿੰਡ ਇੰਨਾ ਹੀ ਨਿੱਗਰ ਗਿਆ ਬਈ ਹੱਡਾ ਰੋੜੀ ਦੀ ਬੋਲੀ ਕਰਵਾਈਏ ਕਾਣੀ ਮੱਗਰ ਨੇ ਉੱਚੀ ਦੇਣੀ ਕਿਹਾ ਕਾਣਾ ਮੱਗਰ ਜੈਬੂ ਨੂੰ ਕਦੇ ਚੰਗਾ ਨਹੀਂ ਸੀ ਲੱਗਿਆ ਪਰ ਅੱਜ ਉਹ ਰੱਬ ਬਣ ਕੇ ਬੋੜਿਆ ਸੀ ਐ ਤਾਂ ਫਿਰ ਇਹ ਵੀ ਤਾਂ ਖਾਲ ਉਤਾਰ ਕੇ ਵੇਚਦਾ ਹੀ ਐ ਸਰਪੰਚ ਨੇ ਮਮੂਲੀ ਜਿਹਾ ਹੱਸ ਕੇ ਮੱਗਰ ਦੀ ਗੱਲ ਉਲਟਾਉਣ ਦਾ ਯਤਨ ਕੀਤਾ ਉਹ ਤਾਂ ਵੇਚਣੀਓ ਐ ਇਹ ਮੁਰਦਾਰ ਚੁੱਕਦਾ ਹੈ ਉਹਦਾ ਚਾਮ ਉਤਾਰਦਾ ਸਾਰਾ ਕਿਰਿਆ ਕਰਮ ਇਹੀ ਕਰਦਾ ਜੇ ਨਾ ਚੁੱਕੇ ਤਾਂ ਪਿੰਡ ਚ ਗੰਦ ਨਹੀਂ ਪੈਜੋ ਮੱਗਰ ਡਟਿਆ ਖੜਾ ਸੀ ਏ ਆਪਾਂ ਤਾਂ ਕੀ ਲੈਣਾ ਓ ਤਾਂ ਕਾਲੂ ਮਜਬੀ ਆਇਆ ਸੀ ਮੈਂ ਤਾਂ ਸਮਝਾਇਆ ਉਸ ਨੂੰ ਸਰਪੰਚ ਢਿੱਲਾ ਪੈ ਗਿਆ ਸੀ ਨਾਲੇ ਸਰਦਾਰ ਜੀ ਇੱਕ ਗੱਲ ਹੋਰ ਵੀ ਹੈ ਹੁਣ ਤਾਂ ਇਸ ਕੰਮ ਨੂੰ ਅਸੀਂ ਮੁਖਤ ਦਾ ਸਮਝ ਕਰੀ ਜਾਂਦੇ ਆ ਜੇ ਕਿਸੇ ਨੇ ਠੇਕੇ ਤੇ ਲੈ ਲਿਆ ਤਾਂ ਅਗਲਾ ਕਿਸੇ ਦੇ ਪਸ਼ੂ ਮਰਨ ਦੀ ਸੁੱਖ ਵੀ ਸੁਖਿਆ ਕਰੂ ਜੈਬੂ ਆਪਣੀ ਇਸ ਦਲੀਲ ਤੇ ਖੁਸ਼ ਵੀ ਸੀ ਇਹ ਗੱਲ ਤਾਂ ਤੇਰੀ ਲੱਖ ਦੀ ਹੈ ਜੈਬੂ ਤੂੰ ਚੁੱਕੀ ਚੱਲ ਮੈਂ ਨਹੀਂ ਮੰਨਦਾ ਵੇੜੇ ਵਾਲਿਆਂ ਦੀ ਗੱਲ ਸਰਪੰਚ ਪੂਰੀ ਤਰ੍ਹਾਂ ਪਿਗਲ ਗਿਆ ਸੀ ਜਦੋਂ ਸਰਪੰਚ ਨੇ ਕਾਲੂ ਦੀ ਗੱਲ ਨਾ ਮੰਨੀ ਤਾਂ ਕਾਲੂ ਨੇ ਕੁਝ ਬੰਦਿਆਂ ਦੇ ਦਸਤਖਤ ਕਰਵਾ ਕੇ ਅਰਜ਼ੀ ਪੰਚਾਇਤ ਅਫਸਰ ਦੇ ਦਫ਼ਤਰ ਵਿੱਚ ਦੇ ਦਿੱਤੀ ਛੇਤੀ ਹੀ ਅਰਜ਼ੀ ਮਨਜ਼ੂਰ ਹੋ ਗਈ ਤੇ ਇਸ ਵਾਰ ਸ਼ਾਮਲਾਟ ਦੀ ਜ਼ਮੀਨ ਦੀ ਬੋਲੀ ਦੇ ਨਾਲ ਹੀ ਹੱਡਾ ਰੋੜੀ ਦੀ ਬੋਲੀ ਕਰਵਾਉਣ ਦੇ ਆਦੇਸ਼ ਸਰਪੰਚ ਨੂੰ ਭੇਜ ਦਿੱਤੇ ਗਏ ਉਹ ਉਸ ਦਿਨ ਪਿੰਡ ਦੇ ਬੱਸ ਅੱਡੇ ਤੇ ਬੈਠਾ ਸੀ ਦਿਹਾੜੀ ਮਿਲੀ ਨਹੀਂ ਸੀ ਸਰਪੰਚ ਬੱਸ ਚੜਨ ਲਈ ਆਇਆ ਸੀ ਸਰਪੰਚ ਨੇ ਜੈਬੂ ਨੂੰ ਕੋਲ ਬੁਲਾ ਕੇ ਸਾਰੀ ਗੱਲ ਦੱਸ ਦਿੱਤੀ ਸੁਣਦੇ ਸਾਰ ਜੈਬੂ ਅੰਦਰ ਕੁਝ ਕੜਕ ਕਰਕੇ ਟੁੱਟ ਗਿਆ ਸੀ ਹੁਣ ਕੁਝ ਹੋ ਸਕਦਾ ਜੀ ਕਿ ਨਹੀਂ ਉਸ ਦੇ ਮੂੰਹੋਂ ਸਾ ਸੱਤਹੀਣ ਬੋਲ ਮਸਾਂ ਬਾਹਰ ਨਿਕਲੇ ਸਨ ਹੁਣ ਨਹੀਂ ਖੁਸ਼ ਹੋ ਸਕਦਾ ਸਰਕਾਰ ਤਾਂ ਕਮਲਿਆਂ ਆਮਦਨ ਦਾ ਕੋਈ ਨਾ ਕੋਈ ਜ਼ਰੀਆ ਲੱਭਦੀ ਹੁੰਦੀ ਐ ਸਰਪੰਚ ਦੇ ਬੋਲ ਨੇ ਜੈਬੂ ਉੱਪਰ ਗੜੇ ਮਾਰ ਕਰ ਦਿੱਤੀ ਉਸੇ ਵੇਲੇ ਬੱਸ ਆ ਗਈ ਸਰਪੰਚ ਬੱਸ ਵੱਲ ਵੱਧ ਗਿਆ ਅੱਡੇ ਤੇ ਖੜੀਆਂ ਪਿੰਡ ਦੀਆਂ ਸਵਾਰੀਆਂ ਬੱਸ ਵੱਲ ਟੁੱਟ ਕੇ ਪੈ ਗਈਆਂ 68 ਜਿਆ ਪੌਂਦੀ ਬੱਸ ਸ਼ਹਿਰ ਵੱਲ ਵਧਣ ਲੱਗੀ ਉਸ ਦੇ ਸਲੰਸਰ ਵਿੱਚੋਂ ਨਿਕਲਿਆ ਧੂਆਂ ਜੈਬੂ ਦੇ ਆਲੇ ਦੁਆਲੇ ਫੈਲ ਗਿਆ ਕਾਫੀ ਦੇਰ ਬਾਅਦ ਅਚਾਨਕ ਉਸਨੂੰ ਖਿਆਲ ਆਇਆ ਕਿ ਹੁਣ ਉਸਨੂੰ ਤੁਰਨਾ ਪਵੇਗਾ ਅੱਡੇ ਦੀ ਚੌਂਕੜੀ ਉੱਤੇ ਬੈਠੇ ਚਾਰ-ਪੰਜ ਬੁਢੇ ਸਮੇਂ ਨੂੰ ਰੀਂਗਦਾ ਹੋਇਆ ਦੇਖ ਰਹੇ ਸਨ ਚੰਦ ਜੁਲਾਹੇ ਦਾ ਮੁੰਡਾ ਆਪਣੇ ਖੋਖੇ ਵਿੱਚ ਆਪਣੇ ਨਵੇਂ ਗਾਕ ਦਾ ਜੋੜਾ ਮੁੰਨ ਰਿਹਾ ਸੀ ਦੋ ਮੁੰਡੇ ਉਸਦੀ ਕੁਰਸੀ ਕੋਲ ਖੜੇ ਜਿਵੇਂ ਇਹ ਦ੍ਰਿਸ਼ ਪਹਿਲੀ ਵਾਰ ਦੇਖ ਰਹੇ ਸਨ ਇੱਕ ਹੋਰ ਮੁੱਛ ਫੁੱਟ ਮੁੰਡਾ ਬੱਸ ਚੜਨ ਲਈ ਆਈਆਂ ਦੋ ਕਾਲੀ ਜੀਟ ਕੁੜੀਆਂ ਵੱਲ ਕਸੂਤਾ ਜਿਹਾ ਝਾਕ ਰਿਹਾ ਸੀ ਅੱਡੇ ਤੋਂ ਘਰ ਤੱਕ ਦਾ ਸਫ਼ਰ ਅਜੇ ਉਸ ਦੇ ਸਾਹਮਣੇ ਸੀ ਇੰਜ ਲੱਗਦਾ ਸੀ ਜਿਵੇਂ ਸਾਰਾ ਕੁਝ ਹੀ ਬਦਲ ਗਿਆ ਹੋਵੇ ਉਹ ਹੌਲੀ-ਹੌਲੀ ਕਦਮ ਪੁੱਟਦਾ ਘਰ ਵੱਲ ਤੁਰ ਪਿਆ ਤੀਵੀਆਂ ਦੀ ਇੱਕ ਟੋਲੀ ਕਾ ਖੋਤਣ ਜਾਣ ਲਈ ਗਲੀ ਵਿੱਚੋਂ ਬਾਹਰ ਨਿਕਲ ਰਹੀ ਸੀ ਆਪਣੇ ਘਰ ਦੇ ਵੇੜੇ ਵਿੱਚ ਵੜਦਿਆਂ ਹੀ ਉਸ ਨੂੰ ਮੀਤੋ ਮੱਜਾਂ ਨੂੰ ਘਾ ਪਾਉਂਦੀ ਦਿਸੀ ਜੈਬੂ ਨੇ ਉਸ ਤੇ ਧੁੱਪ ਲੂਸੇ ਚਿਹਰੇ ਵੱਲ ਦੇਖਿਆ ਬੋਲੀ ਹੋਊਗੀ ਹੱਡਾ ਰੋੜੀ ਦੀ ਹੁਣ ਅਚਾਨਕ ਉਸਨੇ ਜਿਵੇਂ ਵੇੜੇ ਵਿੱਚ ਬੰਬ ਚਲਾ ਦਿੱਤਾ ਜਿਹੋ ਜਿਹੇ ਮੋੜ ਦੀ ਉਸ ਨੂੰ ਆਸ ਸੀ ਉਹੋ ਜਿਹਾ ਇੱਕਦਮ ਕੁਝ ਨਾ ਵਾਪਰਿਆ ਮੀਤੋ ਇੱਕ ਵਾਰ ਠਠੰਬਰ ਕੇ ਉਸ ਵੱਲ ਜ਼ਰੂਰ ਚਾਕੀ ਅੱਖਾਂ ਸੁنگੇੜਦਿਆਂ ਉਸਨੇ ਪਤਾ ਨਹੀਂ ਕੀ ਫੈਸਲਾ ਕੀਤਾ ਉਹ ਉਸੇ ਤਰ੍ਹਾਂ ਕੱਲ ਦੀ ਖੋਤਕੇ ਲਈ ਆਦੀ ਪੰਡ ਵਿੱਚੋਂ ਘਾ ਪਾਉਂਦੀ ਰਹੀ ਮੀਤੋ ਦਾ ਪਤਲਾ ਲੰਮਾ ਸਰੀਰ ਕਿਸੇ ਬੁੱਤ ਵਾਂਗ ਜਾਪਦਾ ਸੀ ਤੁਰਦਾ ਫਿਰਦਾ ਬੁੱਤ ਘਾ ਵਾਲੀ ਪੱਲੀ ਖਾਲੀ ਕਰਕੇ ਉਸਨੇ ਛਾੜ ਦਿੱਤੀ ਤੇ ਫਿਰ ਜੈਬੂ ਵੱਲ ਆਉਂਦੀ ਹੋਈ ਹੱਥ ਮਾਰ-ਮਾਰ ਕੇ ਬੋਲਣ ਲੱਗੀ ਉਹਨਾਂ ਦੱਬਣਿਆਂ ਨੂੰ ਕਹੀਂ ਬਈ ਕਰਾ ਲਓ ਬੋਲੀ ਲਾ ਲਓ ਜਿਹੜਾ ਜ਼ੋਰ ਲਾਉਣਾ ਹੈ ਅਸੀਂ ਰੋਟੀ ਤੋਂ ਨਹੀਂ ਮਰਨ ਲੱਗੇ ਜੇ ਖਾਣੇ ਮਜਬੂਰ ਰੋਟੀ ਪੱਕਦੀ ਨਹੀਂ ਬੋਲੀ ਦੇ ਦੇਣਗੇ ਇਹ ਮੀਤੋ ਦੀ ਗੜਕਮੀ ਆਵਾਜ਼ ਨੇ ਜੈਬੂ ਅੰਦਰ ਪੈਦਾ ਹੋ ਗਏ ਖਲਾ ਨੂੰ ਭਰ ਦਿੱਤਾ ਸੀ ਉਸਨੇ ਹੈਰਾਨੀ ਨਾਲ ਮੀਤੋ ਦੇ ਮੂੰਹ ਵੱਲ ਵੇਖਿਆ ਮੀਤੋ ਦੇ ਝੁਰੜੀਆਂ ਭਰੇ ਚਿਹਰੇ ਤੇ ਕੋਈ ਗੈਬੀ ਜਹੀ ਲਿਸ਼ਕ ਆ ਗਈ ਸੀ ਕਣਕਾਂ ਚੁੱਕੀਆਂ ਗਈਆਂ ਸਨ ਤੇ ਦੂਰ ਤੱਕ ਖਾਲੀ ਪਏ ਖੇਤਾਂ ਵਿੱਚ ਭੰਗ ਭੁਜਦੀ ਸੀ ਪੰਚਾਇਤੀ ਜ਼ਮੀਨ ਦੀ ਬੋਲੀ ਸਾਲ ਬਾਅਦ ਇਨ੍ਹਾਂ ਦਿਨਾਂ ਵਿੱਚ ਸੋਣੀ ਦੀ ਬਿਜਾਈ ਤੋਂ ਪਹਿਲਾਂ ਹੁੰਦੀ ਸੀ ਹੱਡਾ ਰੋੜੀ ਦੀ ਬੋਲੀ ਵੀ ਜ਼ਮੀਨ ਦੀ ਬੋਲੀ ਦੇ ਨਾਲ ਹੀ ਹੋਣੀ ਸੀ ਧਰਮਸ਼ਾਲਾ ਵਿੱਚ ਬੀਡੀਓ ਕਾਫੀ ਲੇਟ ਆਇਆ ਸੀ ਗਰਮੀ ਦੇ ਅਕਾਇ ਲੋਕ ਬਿੰਦੇ ਛੱਟੇ ਅਫਸਰ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਜ਼ਮੀਨ ਠੇਕੇ ਤੇ ਲੈਣ ਵਾਲੇ ਜੱਟਾਂ ਤੇ ਹੋਰ ਕੁੰਡੀਆਂ ਦੇ ਸਿੰਘ ਫਸਤੇ ਦੇਖਣ ਵਾਲੇ ਤਮਾਸ਼ੀਨਾ ਸਮੇਤ ਕਾਫੀ ਇਕੱਠ ਸੀ ਸਭ ਤੋਂ ਪਹਿਲਾਂ ਜ਼ਮੀਨ ਦੀ ਬੋਲੀ ਹੋਈ ਜੱਟ ਇੱਕ ਦੂਜੇ ਤੋਂ ਵੱਧ-ਵੱਧ ਕੇ ਜ਼ਿੱਦ-ਜ਼ਿੱਦ ਕੇ ਬੋਲੀ ਦਿੰਦੇ ਰਹੇ ਇਸ ਦੌਰਾਨ ਜੈਬੂ ਦਾ ਦਿਲ ਪਾਣੀ ਨਾਲੋਂ ਵੀ ਪਤਲਾ ਪਿਆ ਰਿਹਾ ਉਹ ਸਰਪੰਚ ਦੇ ਨੇੜੇ ਕੁਰਸੀ ਕੋਲ ਬੈਠਾ ਸੀ ਕਦੇ-ਕਦੇ ਉਹ ਆਲੇ ਦੁਆਲੇ ਖੜੇ ਬੈਠੇ ਲੋਕਾਂ ਦੇ ਚਿਹਰਿਆਂ ਵੱਲ ਵੇਖਦਾ ਕਈ ਚਿਹਰੇ ਤਾਂ ਆਪਣਾ ਰੰਗ ਪੂਰੀ ਤਰ੍ਹਾਂ ਵਟਾ ਚੁੱਕੇ ਸਨ ਪਿੰਡ ਵਾਸੀਓ ਤੁਹਾਨੂੰ ਸਭ ਨੂੰ ਪਤਾ ਹੈ ਬਈ ਵੇੜੇ ਵਾਲਾ ਜੈਬ ਸੇਉ ਕਈ ਸਾਲਾਂ ਤੋਂ ਮਰੇ ਹੋਏ ਡੰਗਰ ਚੁੱਕਦਾ ਆਉਂਦਾ ਹੈ ਪੰਚਾਇਤ ਸੈਕਟਰੀ ਨੇ ਜ਼ਮੀਨ ਦੀ ਬੋਲੀ ਖਤਮ ਹੋਣ ਤੋਂ ਤੁਰੰਤ ਬਾਅਦ ਆਖਣਾ ਸ਼ੁਰੂ ਹੀ ਕੀਤਾ ਸੀ ਕਿ ਜੈਬੂ ਤੋਂ ਰਿਆ ਨਾ ਗਿਆ ਸਾਲਾਂ ਤੋਂ ਕਿਉਂ ਜੀ ਸਾਡਾ ਟੱਬਰ ਤਾਂ ਪੁੱਛਤਾ ਤੋਂ ਇਹੀ ਕੰਮ ਕਰਦਾ 40 ਸਾਲ ਤਾਂ ਮੈਨੂੰ ਹੋ ਗਏ ਓਏ ਆਹੋ ਤੁਸੀਂ ਸੁਣੋ ਤਾਂ ਸਹੀ ਹੁਣ ਭਾਈ ਵੇੜੇ ਦੇ ਕੁਝ ਬੰਦੇ ਚਾਹੁੰਦੇ ਨੇ ਕਿ ਹੱਡਾ ਰੋੜੀ ਦੀ ਨਿਲਾਮੀ ਕੀਤੀ ਜਾਵੇ ਬੋਲੀ ਦੇ ਕੇ ਕੋਈ ਮਰਜ਼ੀ ਸਾਂਭ ਲਵੇ ਹੱਡਾ ਰੋੜੀ ਇਸ ਨਾਲ ਪੰਚਾਇਤ ਦੀ ਆਮਦਨ ਵਧੂਗੀ ਅਫਸਰ ਦੇ ਇਸ਼ਾਰੇ ਤੇ ਪਿੰਡ ਦੇ ਚੌਂਕੀਦਾਰ ਠਾਕਰ 나ਈ ਨੇ ਬੋਲੀ ਦੀ ਸ਼ੁਰੂਆਤ ਕੀਤੀ हां जी सरकारी बोली 500 सरकारी बोली 500 600 कालू बोलया 700 जैबू ने किया 800 कालू दी आवाज सी हां भाई कालू से 800 कालू से 800 बोली 100 100 ਦੇ ਕਦਮ ਪੁੱਟ ਦੀ 4000 ਤੱਕ ਚਲੀ ਗਈ ਸੀ ਜ਼ਮੀਨ ਦੇ ਬੋਲੀ ਦੇਣ ਵਾਲੇ ਬਹੁਤੇ ਸਾਰੇ ਲੋਕ ਚਲੇ ਗਏ ਸਨ ਫੇਰ ਵੀ ਕਾਫੀ ਸਾਰੇ ਜੱਟ ਹਰੀਜਨਾ ਤੇ ਮਜਬੀਆਂ ਦਾ ਭੇਡ ਹੁੰਦਾ ਦੇਖਣ ਲਈ ਖੜੇ ਸਨ ਜਦੋਂ ਜੈਬੂ ਨੇ 4100 ਕਿਹਾ ਤਾਂ ਕਾਲੂ ਦੇ ਮੁੰਡੇ ਨੇ ਆਪਣੇ ਪਿਓ ਨੂੰ ਬੋਲੀ ਛੱਡ ਦੇਣ ਲਈ ਆਖ ਦਿੱਤਾ ਸੀ ਚੌਂਕੀਦਾਰ ਨੇ ਆਲੇ ਦੁਆਲੇ ਨਜ਼ਰਾਂ ਮਾਰਦਿਆਂ ਕਿਹਾ ਹਾਂ ਬਈ ਜੈਬੂ ਸਿਓ 4100 4101 4102 ਲਿਖ ਦਿਓ ਜੀ ਜੈਬੂ ਸਿਓ ਦੇ ਨਾਮ ਹੋਰ ਕੋਈ ਨਹੀਂ ਬੋਲਿਆ ਪੰਚਾਇਤ ਸੈਕਟਰੀ ਨੇ ਕਾਲੂਵਲ ਦੇਖਿਆ ਉਹ ਝੂਠਾ ਜਿਹਾ ਹੱਸਦਾ ਕਿਸੇ ਨਾਲ ਗੱਲ ਨਹੀਂ ਪੈ ਗਿਆ ਸੀ ਸੈਕਟਰੀ ਨੇ ਹੱਡਾਂ ਰੋੜੀ 1 ਸਾਲ ਵਾਸਤੇ ਜੈਬੂ ਦੇ ਨਾਮ ਲਿਖ ਦਿੱਤੀ ਸੀ ਜੈਬੂ ਨੇ ਛਿੱਸੇ ਵਿੱਚੋਂ ਪੂਰੇ 41 ਨੋਟ ਗਿਣ ਕੇ ਮੇਸ ਤੇ ਰੱਖ ਦਿੱਤੇ ਸਨ ਪਹਿਲੇ ਦੋ ਕੁ ਮਹੀਨੇ ਤਾਂ ਪਸ਼ੂ ਆਮ ਵਾਂਗ ਹੀ ਮਰਦੇ ਰਹੇ ਸਨ ਜੈਬੂ ਨੂੰ ਯਕਦਾ ਸੀ ਕਿ ਉਹ ਠੇਕਾ ਜਲਦੀ ਹੀ ਪੂਰਾ ਕਰ ਲਵੇਗਾ ਫਿਰ ਮਹੀਨਾ ਲੰਘ ਗਿਆ ਬਾਦ ਦੇ ਮਹੀਨਿਆਂ ਵਿੱਚ ਇਕਾਦੁੱਕਾ ਪਸ਼ੂ ਹੀ ਮਰੇ ਸਨ ਉਂਝ ਤਾਂ ਪਿੰਡ ਵਿੱਚ ਜਦੋਂ ਦੀ ਪਸ਼ੂ ਡਿਸਪੈਂਸਰੀ ਖੁੱਲੀ ਸੀ ਉਦੋਂ ਤੋਂ ਹੀ ਪਸ਼ੂਆਂ ਦੀ ਮਰਨ ਗਿਣਤੀ ਘਟ ਗਈ ਸੀ ਭਾਵੇਂ ਡਿਸਪੈਂਸਰੀ ਤਾਂ 2.5 ਸਾਲ ਪਹਿਲਾਂ ਖੁੱਲੀ ਸੀ ਪਰ ਜੈਬੂ ਨੂੰ ਉਸਦੀ ਹੋਣ ਦਾ ਅਹਿਸਾਸ ਇਨ੍ਹਾਂ ਮਹੀਨਿਆਂ ਵਿੱਚ ਹੀ ਬਹੁਤਾ ਹੋਣ ਲੱਗਾ ਸੀ ਪਸ਼ੂ ਪਹਿਲਾਂ ਵੀ ਕਈ ਵਾਰ ਮਹੀਨਾ ਮਹੀਨਾ ਕੋਈ ਮਰਦਾ ਹੀ ਨਹੀਂ ਸੀ ਪਰੋਦੋ ਡਿਸਪੈਂਸਰੀ ਵੱਲ ਕਦੀ ਧਿਆਨ ਹੀ ਨਹੀਂ ਸੀ ਗਿਆ ਚੌਂਕੜੀ ਤੇ ਬੈਠਿਆਂ ਬੈਠਿਆਂ ਅਚਾਨਕ ਜੈਬੂ ਨੇ ਦੇਖਿਆ ਕਿ ਮਹਿੰਦਰ ਸਿੰਘ ਜੱਟ ਉਸ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ ਉਹ ਉੱਠ ਕੇ ਮਹਿੰਦਰ ਸਿੰਘ ਕੋਲ ਚਲਾ ਗਿਆ ਜੈਬੂ ਯਾਰ ਅੱਗੇ ਉਸ ਤੋਂ ਬੋਲਿਆ ਨਾ ਗਿਆ ਜੈਬੂ ਨੇ ਦੇਖਿਆ ਕਿ ਉਸ ਦਾ ਗਲਾ ਪਾਰ ਆਇਆ ਸੀ ਹਾਂਜੀ ਸਰਦਾਰ ਜੀ ਕੀ ਗੱਲ ਹੋਗੀ ਮਹਿੰਦਰ ਸਿੰਘ ਨੇ ਗਲਾ ਸਾਫ ਕਰਦਿਆਂ ਕਿਆ ਯਾਰ ਜੈਬੂ ਆਪਣੀ ਮੱਜ ਮਰ ਗਈ ਉਹੀ ਜਿਹੜੀ ਤੂੰ ਤਨੋਲੇ ਵਾਲੇ ਵਪਾਰੀ ਤੋਂ ਦਵਾਈ ਤੀ ਹੈ ਉਹ ਤਾਂ ਚੰਗੀ ਭਲੀ ਤੀ ਮੇਰਾ ਖਿਆਲ ਹੈ ਸੂਆ ਵੀ ਤੀਜਾ ਹੀ ਤੀ ਅਜੇ ਉਸ ਦੇ ਮੂੰਹੋਂ ਨਿਕਲਿਆ ਸੀ ਬਿਲਕੁਲ ਓਵੇਂ ਜਿਵੇਂ ਹਮੇਸ਼ਾ ਤੋਂ ਨਿਕਲਦਾ ਆਇਆ ਸੀ ਹਮਦਰਦੀ ਨਾਲ ਲਬਰੀਜ਼ ਮਹਿੰਦਰ ਸਿੰਘ ਤੋਂ ਬੋਲਿਆ ਨਾ ਗਿਆ ਉਸ ਸਾਈਕਲ ਮੋੜ ਕੇ ਫਿਰ ਘਰ ਵੱਲ ਚਲਾ ਗਿਆ ਖੜਾ ਖੜਾ ਜੈਬੂ ਜਾਂਦੇ ਮਹਿੰਦਰ ਸੇਉ ਨੂੰ ਦੇਖਦਾ ਰਿਹਾ ਅਚਾਨਕ ਉਸ ਦਾ ਧਿਆਨ ਆਪਣੇ ਅੰਦਰ ਉੱਠ ਰਹੇ ਸ਼ੋਰ ਵੱਲ ਗਿਆ ਉਸ ਦੇ ਅੰਦਰ ਲੰਬੀ ਉਡੀਕ ਵਰਗਾ ਕੁਝ ਸੀ ਜਿਹੜਾ ਚਾਂਬੜਾ ਪਾਰ ਰਿਹਾ ਸੀ ਉਸ ਵਿੱਚ ਚੌਂਕੜੀ ਤੇ ਬੈਠੇ ਬੰਦਿਆਂ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਸੀ ਉਹ ਘਰ ਵੱਲ ਤੁਰ ਪਿਆ ਕਰ ਜਾ ਕੇ ਉਹ ਚੁੱਪਚਾਪ ਮੱਝ ਨੂੰ ਬੰਨਣ ਵਾਲਾ ਰੱਸਾ ਲੱਭਣ ਲੱਗਾ ਕੀ ਲੱਭੀ ਜਾਣਾ ਮੀਤੋ ਨੇ ਪੁੱਛਿਆ ਰੱਸਾ ਨਹੀਂ ਥਿਆਂਦਾ ਮੈਂ ਇੱਥੇ ਰੱਖਿਆ ਦੀ ਖੁਰਲੀ ਵਿੱਚ ਕੀ ਗੱਲ ਪਸ਼ੂ ਮਰ ਗਿਆ ਕੋਈ ਆਹੋ ਮਿੰਦਰ ਸਿਉਂ ਦੀ ਮੈਂ ਮਰ ਗਈ ਉਹ ਸੰਭਲ ਸੰਭਲ ਬੋਲ ਰਿਹਾ ਸੀ ਕਿਨ ਮੈਂ ਸੂਈ ਤੀ ਮੀਤੋ ਜਿਵੇਂ ਮੱਝ ਬਾਰੇ ਕੋਈ ਵਾਜਬ ਫੈਸਲਾ ਕਰਨਾ ਚਾਹੁੰਦੀ ਸੀ ਜੀ ਸੂਏ ਜਤੀ ਅਜੇ ਇਹਦਾ ਤਾਂ ਸੌਦਾ ਵੀ ਮੈਂ ਹੀ ਕਰਾਇਆ ᱛੀ ਚੰਗੀ ਨਸਲ ਦੀ ਮੈਂਸ ᱛੀ ਜੈਬੂ ਦੇ ਸੋਹਰਿਆਂ ਆਈ ਹੋਈ ਕੁੜੀ ਰੱਸਾ ਲੱਭ ਲਈ ਰੱਸਾ ਫਣਾਉਂਦੀ ਹੋਈ ਉਹ ਜੈਬੂ ਵੱਲ ਇਸ ਤਰ੍ਹਾਂ ਚਾਕੀ ਜਿਵੇਂ ਕਹਿੰਦੀ ਹੋਵੇ ਬਾਪੂ ਹੁਣ ਤਾਂ ਮੈਨੂੰ ਸਾਈਕਲ ਲੈ ਦੇਵੇਂਗਾ ਜੈਬੂ ਆਪਣੇ ਮੁੰਡੇ ਬਿੱਟੂ ਨੂੰ ਨਾਲ ਲੈ ਕੇ ਮਹਿੰਦਰ ਸਿਉਂ ਦੇ ਘਰੇ ਚਲਾ ਗਿਆ ਵੇੜੇ ਵਿੱਚ ਖੜੀ ਨਿੰਮ ਦੀ ਛਾਵੇਂ ਮੱਝ ਚੌਪਹਾਲ ਡਿੱਗੀ ਪਈ ਸੀ ਉਸ ਤੇ ਖੁੱਲੇ ਬੂਥਣੇ ਵਿੱਚੋਂ ਲਾਰਾਂ ਬਾਹਰ ਤੱਕ ਲਮਕੀਆਂ ਪਈਆਂ ਸਨ ਖੁਰਲੀ ਤੇ ਖੜੀਆਂ ਬਾਕੀ ਮੱਝਾਂ ਗਰਦਨਾ ਲਮਕਾ ਲਮਕਾ ਕੇ ਉਸ ਵੱਲ ਵੇਖ ਰਹੀਆਂ ਸਨ ਜੈਬੂ ਨੇ ਦੇਖਿਆ ਮਹਿੰਦਰ ਸਿੰਘ ਦੇ ਪਰਿਵਾਰ ਦੇ ਜੀ ਵੇੜੇ ਵਿੱਚ ਉਦਾਸ ਬੈਠੇ ਸਨ ਮਹਿੰਦਰ ਸਿੰਘ ਪਾਣੀ ਦਾ ਜੱਗ ਭਰ ਕੇ ਉਹਨਾਂ ਦੇ ਨੇੜੇ ਆ ਖੜਿਆ ਸੀ ਹੋਇਆ ਕਿ ਲਾਣੇਦਾਰਾ ਜੈਬੂ ਨੇ ਪੁੱਛਿਆ ਪਤਾ ਨਹੀਂ ਯਾਰ ਕੱਲ ਚੰਗੀ ਭਲੀ ਤੀ ਮੈਨੂੰ ਲੱਗਦਾ ਰਾਤ ਵਾਲੇ ਕੱਖਾਂ ਵਿੱਚ ਕੁਝ ਖਾ ਗਈ ਮੈਨੂੰ ਤਾਂ ਆਹ ਫੁੱਲੋ ਵੀ ਢਿੱਲੀ ਲੱਗਦੀ ਐ ਮਹਿੰਦਰ ਸਿੰਘ ਨੇ ਹੌਂਕ ਰਹੀ ਮੱਥੇ ਫੁੱਲੀ ਮੱਝ ਵੱਲ ਇਸ਼ਾਰਾ ਕੀਤਾ ਲਾਣੇਦਾਰਾ ਪੰਦਾਣਾ ਪੁੱਛ ਡਾਕਟਰ ਨੂੰ ਦਿਖਾ ਲੈ ਸਾਡੇ ਤਾਂ ਚਾਚਾ ਜੀ ਦੁੱਧ ਵੀ ਇਹ ਹੀ ਦਿੰਦੀ ਸੀ ਮਿੰਤਾ ਜੀ 12000 ਦੀ ਮੈਸ ਹੱਥਾਂ ਚੋਂ ਨਿਕਲ ਗਈ ਮਹਿੰਦਰ ਸਿੰਘ ਦੀ ਘਰ ਵਾਲੀ ਵੀ ਨੇੜੇ ਆ ਗਈ ਇਹੋ ਜਈ ਨਸਲ ਦੀ ਭਾਈ ਕਿਤੇ ਨਿਤ ਨਿਤ ਥਿਉਂਦੀ ਐ ਮੈਂ ਹੀ ਦਵਾਈ ਸੀ ਤਨਾਲੇ ਵਾਲੇ ਵਪਾਰੀ ਤੋਂ ਉਹ ਜਿਵੇਂ ਪੁਰਾਣੀਆਂ ਯਾਦਾਂ ਨੂੰ ਸਾਹਮਣੇ ਲਿਆ ਕੇ ਦੱਸਣਾ ਚਾਹੁੰਦਾ ਸੀ ਕਿ ਮੱਝ ਉਸੀ ਆਪਣੀ ਵਾਂਗ ਹੀ ਸੀ ਉਹਨਾਂ ਦੋਵਾਂ ਨੇ ਆਲੇ ਦੁਆਲੇ ਰੱਸਾ ਲਪੇਟ ਕੇ ਰੇੜੀ ਨੂੰ ਉਲਾਰ ਕੇ ਮੱਝ ਦੇ ਨੇੜੇ ਲਗਾ ਲਿਆ ਫਿਰ ਹੌਲੀ-ਹੌਲੀ ਖਿੱਚ ਕੇ ਉਹਨਾਂ ਨੇ ਮੱਝ ਰੇੜੀ ਤੇ ਲੱਦ ਲਈ ਬਿੱਟੂ ਬੱਛੇ ਨੂੰ ਹੱਕਣ ਲੱਗਾ ਜੈਬੂ ਪਿੱਛੋਂ ੱਤਕਾ ਲਾਉਣ ਲੱਗਾ ਮਹਿੰਦਰ ਸਿੰਘ ਉਹਨਾਂ ਦੇ ਪਿੱਛੇ-ਪਿੱਛੇ ਗੇਟ ਤੱਕ ਪਾਣੀ ਛਿੜਕਦਾ ਆਇਆ ਉਹ ਪਿੰਡ ਦੀ ਫਿਰਨੀ ਫਿਰਨੀ ਹੱਡਾ ਰੋੜੀ ਵੱਲ ਜਾ ਰਹੇ ਸਨ ਕੋਲੋਂ ਲੰਘਦਾ ਕੋਈ ਕੋਈ ਬੰਦਾ ਉਹਨਾਂ ਨੂੰ ਵੇਖ ਲੈਂਦਾ ਸੀ ਜੈਬੂ ਦੀ ਕਿਸੇ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਸੀ ਉਸ ਅੰਦਰ ਪੈਦਾ ਹੋਇਆ ਇੱਕ ਹੋਰ ਜੈਬੂ ਆਪਣੇ ਜੇਤੂ ਹੋਣ ਦਾ ਐਲਾਨ ਕਰਨਾ ਚਾਹ ਰਿਹਾ ਸੀ ਪਿੰਡੋਂ ਬਾਹਰ ਨਿਕਲ ਕੇ ਉਸਨੇ ਸੁੱਖ ਦਾ ਸਾਹ ਲਿਆ ਮੱਝ ਉਤਾਰ ਕੇ ਬਿੱਟੂ ਪਰੇ ਦਰਖਤ ਥੱਲੇ ਜਾ ਬੈਠਿਆ ਸੀ ਜੈਬੂ ਨੇ ਛੁਰੀ ਨਾਲ ਚੀਰਾ ਲਾਉਂਦਿਆਂ ਮੱਝ ਦੇ ਚੱਡਿਆਂ ਦੀ ਖਲ ਨੂੰ ਖਿੱਚ ਕੇ ਉਧੇੜ ਸੁਟਿਆ ਤੇਜ਼ ਬਦਬੂ ਜਿਵੇਂ ਧਾਕੇ ਬਾਹਰ ਨਿਕਲੀ ਮੱਝ ਦੇ ਅੰਦਰਲੇ ਅੰਗਾਂ ਦਾ ਰੰਗ ਕਈ ਥਾਵਾਂ ਤੋਂ ਬਦਲਿਆ ਪਿਆ ਸੀ ਬਾਪੂ ਕੁੱਤਿਆਂ ਨੂੰ ਪਰੇ ਭਜਾ ਦੇ ਜੈਬੂ ਕੁੱਤਿਆਂ ਵੱਲ ਝਾਕਦਾ ਹੋਇਆ ਬੋਲਿਆ ਇਹ ਕਿਹੜੇ ਕੁੱਤੇ ਨੇ ਕੁੱਤਾ ਤਾਂ ਉਹ ਸੀ ਕੁਝ ਮਹੀਨੇ ਪਹਿਲਾਂ ਹੱਡਾ ਰੋੜੀ ਦੇ ਇਨ੍ਹਾਂ ਆਵਾਰਾ ਕੁੱਤਿਆਂ ਵਿੱਚ ਇੱਕ ਖੜੇ ਕੰਨਾਂ ਵਾਲਾ ਸੋਹਣਾ ਜਿਹਾ ਕੁੱਤਾ ਆ ਰਲਿਆ ਸੀ ਇੱਕ ਦਿਨ ਨੇੜੇ ਦੀ ਮੋਟਰ ਵਾਲੇ ਜ਼ੈਲੇ ਦੇ ਮੁੰਡੇ ਨੇ ਉਸ ਨੂੰ ਦੇਖ ਲਿਆ ਉਹ ਕਈ ਦਿਨ ਕੁੱਤੇ ਨੂੰ ਫੜਨ ਦੇ ਯਤਨ ਕਰਦਾ ਰਿਹਾ ਇੱਕ ਦਿਨ ਉਹ ਇੱਕ ਪਿੰਜਰਾ ਲੈ ਕੇ ਹੱਡਾ ਰੋੜੀ ਵਿੱਚ ਆ ਗਿਆ ਹੱਡਾ ਰੋੜੀ ਦੇ ਕੁੱਤੇ ਨੇੜੇ ਤੇੜੇ ਦੀਆਂ ਹੱਡਾ ਰੋੜੀਆਂ ਦੇ ਸਿਰ ਤੇ ਪਲਦੇ ਸਨ ਉਹ ਕੁੱਤਾ ਵੀ ਉਹਨਾਂ ਦੇ ਨਾਲ ਹੀ ਘੁੰਮਦਾ ਰਹਿੰਦਾ ਉਸ ਦਿਨ ਜੈਬੂ ਇੱਕ ਕੱਟੇ ਦਾ ਚੰਮ ਉਤਾਰ ਰਿਹਾ ਸੀ ਤਾਇਆ ਇੱਕ ਟੁਕੜਾ ਆ ਪਿੰਜਰੇ ਵਿੱਚ ਸੁੱਟੀ ਮੁੰਡੇ ਨੇ ਕਿਹਾ ਤੂੰ ਭਾਈ ਮੱਲਾ ਇਸ ਰੱਬ ਦੇ ਜੀ ਦੇ ਇੰਨੇ ਦਿਨਾਂ ਦਾ ਕਿਉਂ ਪਿੱਛੇ ਪਿਆ ਹੋਇਆ ਹੈ ਵਾਹ ਓਏ ਤਾਇਆ ਇਹ ਤਾਂ ਪਿਓਰ ਜਰਮਨ ਸ਼ੈਫਰਡ ਹੈ ਕਟੋ-ਕਟ 5000 ਦਾ ਵਿਕੂ ਸਾਲੇ ਕੁੱਤੇ ਵੀ ਵਿਕਣ ਲੱਗ ਗਏ ਜੈਬੂ ਮੁੰਡੇ ਦੇ ਮੂੰਹ ਵੱਲ ਦੇਖਣ ਲੱਗਾ ਫਿਰ ਉਹ ਆਪਣੇ ਆਪ ਨੂੰ ਕਹਿਣ ਲੱਗਾ ਜੈਬ ਸਿਆ ਦੁਨੀਆ ਬਹੁਤ ਬਦਲ ਗਈ ਹੈ ਤੇਰੀ ਹੱਡਾ ਰੋੜੀ ਨਹੀਂ ਵਿਕਣ ਲੱਗੀ ਉਸ ਦਿਨ ਵੇੜੇ ਦੇ ਘਰਾਂ ਵਿੱਚ ਇੱਕ ਬੰਦਾ ਸਾਗ ਵੇਚਦਾ ਫਿਰਦਾ ਸੀ ਮੈਂ ਕਿਹਾ ਸੌਰਿਆ ਤਰਾ ਸਾਗ ਪਿੰਡ ਚ ਕਿਹਨੇ ਖਰੀਦਣਾ ਸ਼ਹਿਰ ਜਾ ਕੇ ਵੇਚ ਇੱਥੇ ਤਾਂ ਜੱਟਾਂ ਦੇ ਖੇਤਾਂ ਚ ਜਿੰਨਾ ਮਰਜ਼ੀ ਤੋੜ ਲਈਏ ਪਰ ਮੇਰੇ ਦੇਖਦੀ ਦੇਖਦੀ ਜੁਲਾਹਿਆਂ ਦੇ ਬੈਂਕ ਚ ਕਲਰਕ ਲੱਗੇ ਮੁੰਡੇ ਦੀ ਬਹੂਰੇ ਚਾਰ ਗੁਟੀਆਂ ਖਰੀਦ ਲੀਆਂ ਠੀਕ ਐ ਭਾਈ ਬੈਂਕ ਅਫਸਰ ਲੱਗਿਆ ਮੁੰਡਾ ਆਪਣੀ ਬਹੂ ਨੂੰ ਜੱਟਾਂ ਦੇ ਖੇਤਾਂ 'ਚ ਕਿਉਂ ਜਾਣਦੇ ਹੋ ਜਦੋਂ ਉਹ ਦੋਵੇਂ ਪਿਓ ਪੁੱਤ ਹੱਡਾ ਰੋੜੀ ਵਿੱਚੋਂ ਬਾਹਰ ਨਿਕਲ ਰਹੇ ਸਨ ਤਾਂ ਗਿਰਜਾਂ ਉਤਰਨੀਆਂ ਸ਼ੁਰੂ ਹੋ ਗਈਆਂ ਸਨ ਉਹਨਾਂ ਨੇ ਖੰਭ ਮਾਰਨੇ ਬੰਦ ਕੀਤੇ ਹੋਏ ਸਨ ਪਲੋਪਲੀ ਉਹ ਹਰ ਗੇੜੇ ਨਾਲ ਨੀਵੀਆਂ ਹੁੰਦੀਆਂ ਜਾਂਦੀਆਂ ਤੇ ਫਿਰ ਹੌਲੀ-ਹੌਲੀ ਤੁਰਦੀਆਂ ਮੱਜਾਂ ਦੇ ਮਾਸ ਤੇ ਨੇੜੇ ਪਹੁੰਚ ਕੇ ਉਸ ਨੂੰ ਚੁੰਡਣਾ ਸ਼ੁਰੂ ਕਰ ਦਿੰਦੀਆਂ ਬਾਪੂ ਮੈਨੂੰ ਲੱਗਦਾ ਹੈ ਉਹਨਾਂ ਦੀ ਦੂਜੀ ਮੈਂਸ ਵੀ ਨਹੀਂ ਬਚਦੀ ਮਹਿੰਦਰ ਸਿੰਘ ਦੇ ਘਰ ਨੂੰ ਦੂਰੋਂ ਦੇਖਦਿਆਂ ਬਿੱਟੂ ਨੇ ਹੌਲੀ ਦੇਣੀ ਕਿਹਾ ਤਾਂ ਜੈਬੂ ਉਸ ਨੂੰ ਭੱਜ ਕੇ ਪੈ ਗਿਆ ਸੋਹਰਿਆ ਇਹੋ ਜੇ ਬੋਲ ਨਹੀਂ ਮੂੰਹ ਕੱਟਦੇ ਹੁੰਦੇ ਇਹ ਕਹਿੰਦੇ ਆ ਉਸ ਅੰਦਰ ਜਿਉਂਦੀਆਂ ਮੱਜਾਂ ਨੂੰ ਪਿਆਰ ਕਰਨ ਵਾਲਾ ਬੰਦਾ ਅਜੇ ਤੱਕੜਾ ਸੀ ਜੈਬੂ ਨੂੰ ਲੱਗਿਆ ਜਿਵੇਂ ਉਸ ਅੰਦਰ ਲੜਨ ਦੀ ਸ਼ਕਤੀ ਅਜੇ ਮੁੱਕੀ ਨਹੀਂ ਸੀ